ਕਿਸਾਨ ਦੋਸਤੋ ਭਾਰਤੀ ਮੌਸਮਿਕ ਪੈਗ ਦੀ ਸਹਾਇਤਾ ਦੇ ਨਾਲ 24 ਅਕਤੂਬਰ 2023 ਤੱਕ ਦੇ ਮੌਸਮ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਇੱਕ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ 21 ਅਕਤੂਬਰ 2023 ਦਰਮਿਆਨ ਇੱਕ ਪੱਛਮੀ ਡਿਸਟਰਬੈਂਸ ਆਏਗਾ ਜਿਵੇਂ ਕਿ ਇਹ ਅੰਦਰੋਂ ਸਿਸਟਮ ਆ ਰਿਹਾ ਕੁਝ ਇਸੇ ਦੇ ਵਿੱਚ ਵਰਖਾ ਕਰੇਗਾ ਤਾਂ ਇਸੇ ਤਰੀਕੇ ਨਾਲ ਇਹ ਵਰਖਾ ਜਿਹੜੀ ਹੈਗੀ ਹੈ ਹੁਣ ਹੋਣ ਜਾ ਰਹੀ ਹੈ ਪਰੰਤੂ ਇਹਦੇ ਵਿੱਚ ਕੋਈ ਈਡੀ ਵੱਡੀ ਇਹ ਵਰਖਾ ਨਹੀਂ ਹੈਗੀ ਜੀ ਆਪਾਂ ਕਹਿ ਕੇ ਹਰੇ ਝੋਨੇ ਵੱਢ ਕੇ ਸਿੱਟ ਦਈਏ ਵੱਡੀਆਂ ਸਾਵਧਾਨੀਆਂ ਵਰਤ ਕੇ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਇਸ ਸਿਸਟਮ ਦੇ ਵਿੱਚ ਇਹ ਸਿਸਟਮ ਇਹ ਕੇਵਲ ਤੇ ਕੇਵਲ ਦੱਖਣ ਪੱਛਮ ਪੰਜਾਬ ਤੇ ਜੈਸਲਮੇਰ ਤੋਂ ਲੈ ਕੇ ਗੰਗਾਨਗਰ ਤੱਕ ਆਪਣਾ ਰਾਜਸਥਾਨ ਤੇ ਕੁਝ ਇਸ ਜਿਹੜਾ ਅਤੇ ਕੁਝ ਇਸ ਜਿਹੜਾ ਹੈਗਾ ਪੱਛਮੀ ਹਰਿਆਣੇ ਦਾ ਇਹ ਕਵਰ ਕਰੇਗਾ ਤਾਂ ਏਡਾ ਵੱਡਾ ਸਿਸਟਮ ਨਹੀਂ ਹੈਗਾ ਠੀਕ ਹੈ ਕਿ ਹਲਕੀ ਤੋਂ ਦਰਮਿਆਨੀ ਵਰਖਾ 25% ਥਾਵਾਂ ਤੇ ਹੋ ਸਕਦੀ ਹੈ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀ ਹੈ ਪਰੰਤੂ ਇੱਕ ਬੜਾ ਆਉਣ ਵਾਲੀ ਗੱਲ ਇਹਦੇ ਵਿੱਚ ਕੋਈ ਵੀ ਨਹੀਂ ਹੈਗੀ ਤਾਂ ਆਰਾਮ ਦੇ ਨਾਲ ਫਿਰ ਇਸ ਨੂੰ ਵੀਡੀਓ ਨੂੰ ਦੇਖਣਾ ਤੇ ਆਪਾਂ ਦੇਖਦੇ ਹਾਂ ਕਿ ਅੱਗੇ ਮੌਸਮ ਕਿਸ ਤਰੀਕੇ ਦਾ ਰਹਿ ਸਕਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਨਖਾਈ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਇੱਕ ਸਿਸਟਮ ਫੇਰ ਆਏਗਾ ਜਾਂ 27 ਦੇ ਨੇੜੇ ਆਏਗਾ 28 ਅਤੇ 29 ਨੂੰ ਉਹ ਸਿਸਟਮ ਕੁਝ ਹਿੱਸਿਆਂ ਦੇ ਵਿੱਚ ਵਰਖਾ ਕਰੇਗਾ ਭਾਰਤੀ ਮੌਸਮੀ ਭਾਗ ਦਾ ਜੋ ਦਿੱਲੀ ਦਫਤਰ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ 21 ਅਤੇ 22 ਤੱਕ ਨੂੰ 25% ਹਿੱਸੇ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਇਸ ਦੇ ਨਾਲ ਨਾਲ ਉੱਤਰਾਖੰਡ ਦੇ ਅੰਚ 22 23 ਨੂੰ ਹਿਮਾਚਲ 22 23 ਨੂੰ ਜਦੋਂ ਕਿ ਰਾਜਸਥਾਨ 21 ਅਤੇ 22 ਨੂੰ ਵਰਖਾ ਹੋ ਸਕਦੀ ਹੈ ਭਾਰਤੀ ਮੌਸਮੀ ਭਾਗ ਦਾ ਜਿਹੜਾ ਨਮੈਰੀਕਲ ਮਾਡਲ ਹੈ ਉਹ ਸਾਨੂੰ ਇਹ ਸ਼ੋਅ ਕਰਦਾ ਹੈ ਕਿ ਜਿਹੜਾ 21 ਤਰੀਕ ਦੀ ਵਰਖਾ ਹੈਗੀ ਹੈ ਇਹ ਰਾਜਸਥਾਨ ਤੱਕ ਸੀਮਿਤ ਨਹੀਂ ਸੁਭਾਵਨਾ ਹੈ ਪੰਜਾਬ ਦਾ ਬਹੁਤ ਘੱਟ ਹਿੱਸਾ ਜਾਂ ਰਾਜਸਥਾਨ ਲੱਗਦਾ ਹਿੱਸਾ ਇਹ ਕਵਰ ਕਰ ਸਕਦਾ ਹੈ ਤੇ 22 ਤਰੀਕ ਨੂੰ ਜਿਹੜੀ ਹੈਗੀ ਵਰਖਾ ਕਾਫੀ ਇਸਾ ਜਿਹੜਾ ਹੈਗਾ ਰਾਜਸਥਾਨ ਦਾ ਕਵਰ ਕਰ ਸਕਦੀ ਹੈ ਉਸ ਦੇ ਨਾਲ ਨਾਲ ਪੰਜਾਬ ਦਾ ਕੁਝ ਇਸਾ ਕਵਰ ਕਰ ਸਕਦੀ ਹੈ 23 ਤਰੀਕ ਨੂੰ ਇਹ ਵਰਖਾ ਕੁਸ਼ਿਮਤ ਇਸ ਰਿ ਵਿੱਚ ਇਹ ਰਹਿ ਜਾਂਦੀ ਹੈ ਜੇ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਜਿਹੜਾ 27 ਤਰੀਕ ਨੂੰ ਸਿਸਟਮ ਆਏਗਾ ਉਹ ਫਿਰ 28 ਦੇ ਨੇੜੇ ਸਾਡੇ ਏਰੀਏ ਨੂੰ ਪ੍ਰਭਾਵਿਤ ਕਰੇਗਾ ਹੀ ਕਰੇਗਾ ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਸਿਸਟਮ 1 ਤੋਂ ਬਾਅਦ 128 ਤੱਕ ਦੁਬਾਰਾ 28 ਨੂੰ ਦੁਬਾਰਾ ਫੇਰ ਆਏਗਾ 27 ਨੂੰ ਆਏਗਾ ਕਲਾਂਗੇ ਤਾਂ ਇਹ ਜੋ ਦੂਸਰਾ ਮਾਡਲ ਹੈ ਇਹ ਮਾਡਲ ਸ਼ੋਅ ਕਰ ਰਿਹਾ ਹੈ ਕਿਹੜੀ ਵਰਖਾ ਹੈਗੀ ਹੈ ਇਹ ਪੰਜਾਬ ਦੇ ਵਿੱਚ ਵੀ 21 ਅਤੇ 22 ਨੂੰ ਕੁਝ ਏਸਾ ਕਵਰ ਕਰੇਗੀ ਜਿਵੇਂ ਤੁਸੀਂ ਇਸ ਨੂੰ ਅੱਗੇ ਜਲਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਇਹ ਜੈਸਲਮੇਰ ਤੋਂ ਲੈ ਕੇ ਸ਼੍ਰੀ ਅਮਰਸਰ ਸਾਹਿਬ ਤੱਕ ਤੇ ਨਾਲ ਜਿਹੜਾ ਹੈਗਾ ਪੰਜਾਬ ਦੇ ਕੁਝ ਏਸ਼ੇ ਨਾਲੇ ਜਿਹੜਾ ਹਿਸਾਰ ਸਰਸਾ ਇਹ ਏਰੀਆ ਵੀ ਕਵਰ ਕਰਦੀ ਦਿਖਾਈ ਦੇ ਰਹੀ ਹੈ ਤਾਂ ਇਹ ਵਰਖਾ ਆਪਾਂ ਇਹ ਕਹਿ ਸਕਦੇ ਹਾਂ ਕਿ ਬਈ 21 22 23 ਦੇ ਦਰਮਿਆਨ ਕੁਝ ਏਸ਼ਿਆਂ ਚ ਵਰਖਾ ਕਰ ਸਕਦੀ ਹੈ ਪਰੰਤੂ ਵੱਡੀ ਗੱਲ ਇਹ ਹੈਗੀ ਹੈ ਕਿ ਸੈਂਟਰਲ ਪੰਜਾਬ ਤੋਂ ਲੈ ਕੇ ਪੂਰਬੀ ਪੰਜਾਬ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਹਰਿਆਣੇ ਦਾ ਜਿਆਦਾ ਤਰੇਸਾ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਚੰਡੀਗੜ੍ਹ ਦਾ ਦੇਖਦੇ ਹੋ ਤਾਂ ਸਾਫ਼ ਤੇ ਸਪਸ਼ਟ ਹੈਗਾ ਕਿ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪਠਾਨਕੋਟ ਤੇ ਗੁਰਦਾਸਪੁਰ ਬਾਈ ਥਿਕ ਨੂੰ ਵਰਖਾ ਹੋ ਸਕਦੀ ਹੈ ਇਹ ਸ਼੍ਰੀ ਅਮਸਾ ਸਾਹਿਬ ਇਹ ਇਸ ਦੇ ਨਾਲ ਨਾਲ ਤਰਨਤਾਰਨ ਇਹ 21 ਅਤੇ 22 ਨੂੰ ਹੁਸ਼ਿਆਰ ਕੋ ਨਵਾਂ ਸ਼ਹਿਰ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈਗੀ ਹੈ ਕਪੂਰਥਲਾ ਤੇ ਜਲੰਧਰ ਬਾਈ ਥਿਕ ਨੂੰ ਵਰਖਾ ਹੋ ਸਕਦੀ ਹੈ ਜੇਕਰ ਅਸੀਂ ਅੱਗੇ ਚੱਲਦੇ ਹਾਂ ਜਿਹੜੇ ਮੁੱਖ ਜ਼ਿਲ੍ਹੇ ਇਸ ਸਿਸਟਮ ਦਾ ਪ੍ਰਭਾਵਿਤ ਹੋਣੇ ਹਨ ਉਹਨਾਂ ਦੀ ਗੱਲ ਕਰਦੇ ਹਾਂ ਭਾਵੇਂ ਕਿ ਸਿਸਟਮ ਕਮਜ਼ੋਰ ਹੋਣ ਕਰਕੇ ਜਿਆਦਾ ਵਰਖਾ ਨਹੀਂ ਕਰੇਗਾ 25% ਐਸਐਚੀ ਵਰਖਾ ਕਰੇਗਾ ਟਾਮੀ ਟਾਮੀ ਵਰਖਾ ਕਰੇਗਾ ਪਰੰਤੂ ਮੁੱਖ ਪ੍ਰਭਾਵ ਵਾਲੇ ਜਿਹੜੇ ਸਾਡੇ ਹੋਣਗੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਾ ਸਾਹਿਬ ਮੋਗਾ ਬਠਿੰਡਾ ਜਿੱਥੇ 21 ਅਤੇ 22 ਦੇ ਦਰਮਿਆਨ ਕੁਝ ਹਿੱਸਿਆਂ ਦੇ ਵਿੱਚ ਵਰਖਾ ਹੋ ਸਕਦੀ ਹੈ ਵਰਖਾ ਕੇਵਲ 25% ਹਿੱਸਾ ਕਵਰ ਕਰੇਗੀ ਕੁਝ ਇਸਾਚ ਹਵਾ ਦੇ ਤੇਜ਼ ਬੁੱਲੇ ਵੀ ਆ ਸਕਦੇ ਹੈ ਅਗਲੇ ਜ਼ਿਲ੍ਹਿਆਂ ਦੀ ਗੱਲ ਕਰੀਏ ਲੁਧਿਆਣਾ 22 ਤਰੀਕ ਨੂੰ ਬਰਨਾਲਾ ਮਾਨਸਾ 21 22 ਸੰਗਰੂਰ ਮਲੇਰਕੋਟਲਾ 22 ਤਰੀਕ ਨੂੰ ਵਰਖਾ ਹੋ ਸਕਦੀ ਹੈ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਸੰਗਰੂਰ ਐਸਐਸ ਨਗਰ ਇਹ ਜਿਹੜੇ ਜਿਹੜੇ ਆ ਸੰਗਰੂਰ ਨਹੀਂ ਐਸਐਸ ਨਗਰ ਇਹ ਜਿਲ੍ਹੇ ਖੁਸ਼ਕ ਬਣੇ ਜਾਂਦੀ ਦੀ ਸੰਭਾਵਨਾ ਹੈ ਚੰਡੀਗੜ੍ਹ ਖੁਸ਼ਕ ਬਣੇ ਜਾਂਦੀ ਦੀ ਸੰਭਾਵਨਾ ਕੋਈ ਮੌਸਮੀ ਵਾਰਡਿੰਗ ਨਹੀਂ ਹੈਗੀ ਹਰਿਆਣਾ ਦੇ ਵਿੱਚ ਪੰਚਕੂਲਾ ਅੰਮਾਲਾ ਜਮਨਾ ਦਾ ਖੇਤਰ ਕੈਥਲ ਕਰਨਾਲ ਖੁਸ਼ਕ ਬਣੇ ਜਾਂਦੀ ਦੀ ਸੰਭਾਵਨਾ ਹੈ ਜਦੋਂ ਕਿ ਮਹਿੰਦਰਗੜ੍ਹ ਰਿਵਾਰੀ ਜੱਜਰ ਇੱਥੇ 22 ਤੱਕ ਨੂੰ ਵਰਖਾ ਹੋ ਸਕਦੀ ਹੈ ਗੁਰੂਗਰਾਹ ਮਵਾਤ ਪਾਲੋ ਫਰੀਦাবাদ ਖੁਸ਼ਕ ਬਣੇ रह ਸਕਦੇ ਹੈ ਰੋहतक ਵਰਖਾ ਹੋ ਸਕਦੀ ਹੈ ਬਈ ਨੂੰ ਸੋਨੀਪੁਰ ਪਾਣੀਪਾ ਖੁਸ਼ਕ ਬਣੇ ਰਹਿ ਸਕਦੇ ਹੈ ਹਾਂ ਆ ਜਿਹੜੇ ਜਿਹੜੇ ਰਾਜਸਥਾਨਾ ਲੱਗਦੇ ਹੈ ਗੰਗਾ ਨਗਰ ਵਾਲਾ ਸਿਸਟਮ ਹਨੂਮਾਨਗੜ ਚੂਰੂ ਤੋਂ ਸਿਸਟਮ ਹੁੰਦਾ ਹੈ ਜਿੱਧਰ ਜਾਏਗਾ ਸਿਰਸਾ ਫਤਿਆਬਾਦ ਹਸਾਰ ਜੀਨ ਬਵਾਨੀ ਚਰਕੀ ਦਾਦਰੀ ਇੱਥੇ 21 ਅਤੇ 22 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਮੌਸਮੀ ਵਾਰਨਿੰਗ ਹਰਿਆਣੇ ਦੇ ਵਿੱਚ ਕਿਸੇ ਵੀ ਕਿਸਮ ਦੀ ਭਾਰਤੀ ਮੌਸਮ ਭਾਗ ਨਹੀਂ ਜਾਰੀ ਨਹੀਂ ਕੀਤੀ ਹੁਣ ਗੱਲ ਕਰਦੇ ਹੈ ਰਾਜਸਥਾਨ ਦੀ ਰਾਸ਼ਤਾ ਦੇ ਆਪਾਂ ਵੀਡੀਓ ਦੇ ਸ਼ੁਰੂ ਤੋਂ ਹੀ ਗੱਲ ਕਰ ਰਹੇ ਹਾਂ ਕਿ ਜੈਸਲਮੇਰ, ਨੂਪਗੜ, ਗੜਸਾਣਾ, ਨਗੌਰ, ਬੀਕਾਨੇਰ, ਰਾਜਸਿੰਘਨਗਰ, ਸੂਰਤਗੜ, ਕਰਨਪੁਰ, ਗੰਗਾਨਗਰ, ਹਨੂਮਾਨਗੜ, ਚੂਰੂ, ਸੰਗਰੀਆ ਇਸ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਤੇ ਵਰਖਾ ਜਿਹੜੀ ਹੈਗੀ 25% ਹਿੱਸਾ ਕਵਰ ਕਰੇਗੀ। ਗੱਲ ਜੇਕਰ ਇਹਨਾਂ ਰਵੇ ਕਰੀਏ ਇੱਕਦੁੱਕਾ ਥਾਂ ਤੇ ਤੇਜ਼ ਹਵਾ ਵੀ ਚੱਲ ਸਕਦੀ ਹੈ। ਵਰਖਾ 100% ਏਰੀਆ ਕਵਰ ਨਹੀਂ ਕਰੇਗੀ ਕਿਸੇ ਵੀ ਕਿਸਮ ਦੀ ਵਾਰਨਿੰਗ ਇਹਨਾਂ ਜਗ੍ਹਾ ਤੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ ਜੇਕਰ ਗੱਲ ਕਰੋਂਗੇ ਜੰਮੂ ਦੀ ਇਹ ਪੂਰਨ ਤੌਰ ਤੇ ਖੁਸ਼ਕ ਬਣੇ ਜਾਂਦੀ ਸੰਭਾਵਨਾ ਹੈ ਪੱਛਮੀ ਉੱਤਰ ਪ੍ਰਦੇਸ਼ 22 ਅਤੇ 23 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਹਲਕੀ 25% ਏਰੀਆ ਦੇ ਵਿੱਚ ਗੱਲ ਫਿਰ ਖੀਰ ਤੇ ਹੀ ਹੈ ਕਿ ਕੋਈ ਡਾ ਵੱਡਾ ਸਿਸਟਮ ਨਹੀਂ ਹੈਗਾ ਇਹਦੇ ਨਾਲ 25% ਹਿੱਸੇ ਦੇ ਵਿੱਚ ਵਰਖਾ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਕਿਤੇ ਤੇਜ਼ ਹਵਾ ਚੱਲ ਸਕਦੀ ਹੈ ਕਿਤੇ ਮਾੜੀ ਮੋਟੀ ਗੜਿਆਂ ਦੀ ਕਾਰਵਾਈ ਹੋ ਸਕਦੀ ਹੈ ਇਹਨਾਂ ਦੀ ਨਾਲ ਆਮ ਗੱਲ ਹੁੰਦੀ ਹੈ ਤਾਂ ਖੇੜ ਮੰਡੀ 'ਚ ਬੈਠੇ ਹੋ ਤਾਂ ਆ ਦਾ ਤਰਪਾਲ ਦਾ ਇੰਤਜ਼ਾਮ ਕਰਕੇ ਰੱਖੋ ਟਰਾਲੀਆਂ ਘਰੇਕ ਪਰ ਕੇ ਖੜੀਆਂ ਤਾਂ ਉਹਨਾਂ ਨੂੰ ਇਸ ਹਿਸਾਬ ਨਾਲ ਰੱਖੋ ਕਿ ਜੇ ਵਰਖਾ ਆ ਜਾਂਦੀ ਦੀ ਕੋਈ ਦਿੱਕਤ ਨਾ ਹੋਵੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ